मुस्तफा हुसैनी, मिस्टर मुस्तफा हुसैनी, ये हुण एक ही चीज़ नवीं आ गई। आप ठीक है, ICCRC मैंबर सुने सी, वीज़ा काउंसलर सुने सी, वीज़ा एक्सपर्ट सुने सी जी, हुण इमीग्रेशन लॉयर लैके आ गए असीं नवां। सिर्फ लॉयर वीज़ा रिफ्यूज़ हुंदा, लॉयर उस केस नूं कोर्ट तक ले जा सकदा, सरकार नाल कानून नाल लड़ के वीज़ा लैके दे सकदा, वो है मुस्तफा हुसैनी लॉयर। ਜਿਹੜੇ ਬੱਚੇ ਸੈਮੀਨਾਰਸ ਦੇ ਵਿੱਚ ਆ ਕੇ ਇਨਰੋਲ ਕਰਨਗੇ ਉਹਨਾਂ ਕੋਲ ਕੋਈ ਫੀਸ ਨਹੀਂ ਚਾਰਜ ਨਹੀਂ ਕੀਤੀ ਜਾਏਗੀ, ਵੀਜ਼ਾ ਲੱਗਣ ਤੋਂ ਬਾਅਦ ਬੱਚਾ ਫੀਸ ਚਾਰਜ ਕਰੇਗਾ। ਓਮ ਗਲੋਬਲ ਵੀਜ਼ਾਸ ਨੂੰ ਲੈ ਕੇ ਤਾਂ ਜਾਣਿਆ ਜਾਂਦਾ, ਇਹ ਇੰਨੇ ਵੀਜ਼ੇ ਕਿਵੇਂ ਲੈ ਲਏ ਜਦੋਂ ਰਿਫਿਊਜ਼ਲ ਆ ਮਾਰਕੀਟ ਦੇ ਵਿੱਚ? ਉੱਥੇ 111 ਵੀਜ਼ੇ ਕਹਿੰਦੇ ਅਸੀਂ ਲਏ ਆ ਜੀ 10 ਕੁ ਦਿਨਾਂ ਦੇ ਵਿੱਚ। ਆ ਜਿਹੜੇ ਇਹਨਾਂ ਤੁਸੀਂ ਪਾਸਪੋਰਟ ਰੱਖੇ ਆ 111 ਪਾਸਪੋਰਟ, ਤੁਸੀਂ ਕਹਿੰਦੇ ਮੈਂ ਤਾਂ ਹੀ ਰਿਕੁਐਸਟ ਕੀਤੀ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਪਾਸਪੋਰਟ ਨੂੰ ਜਾ ਕੇ ਰੱਖਿਓ ਜੀ, ਇੱਕ ਤਾਂ ਪਾਸਪੋਰਟ ਗਿਣ ਲਾਂਗੇ ਔਰ ਦੂਜਾ ਵੇਖ ਲਾਂਗੇ ਜੇ ਪਾਸਪੋਰਟ ਜਾਲੀ ਕਿੰਨੇ ਆ ਤਾਂ ਅਸਲੀ ਕਿੰਨੇ। ਚੈੱਕ ਕਰ ਸਕਦੇ ਹੋ? ਚੈੱਕ ਬਿਲਕੁਲ ਕਰਾਂਗੇ, ਚਲੋ ਜਦੋਂ ਵਾਰੀ ਆਊਗੀ ਉਹਦੀ ਵੀ ਚੈੱਕ ਕਰਾਂਗੇ। ਪਰ ਇਹ ਦੱਸੋ ਜੀ ਇਹ 'ਚ ਮੁਸਤਫਾ ਹੁਸੈਨੀ ਦੇ ਵੀਜ਼ੇ ਕਿੰਨੇ ਲਵਾਏ? ਓਮ ਗਲੋਬਲ ਇੰਡੀਆ ਪਲੱਸ ਓਮ ਗਲੋਬਲ ਕੈਨੇਡਾ, ਇਹ ਰਲ ਕੇ ਓਮ ਗਲੋਬਲ ਦੇ ਵੀਜ਼ੇ ਆ। ਉਹ ਕਹਿ ਰਹੇ ਪੰਜਾਬ ਦੇ ਵਿੱਚ ਮੁਸਤਫਾ ਹੁਸੈਨੀ ਆ ਰਹੇ ਆ, ਜੇ ਓਮ ਗਲੋਬਲ ਨੇ ਵੀਜ਼ੇ ਲਵਾਉਣੇ ਤਾਂ ਫਿਰ ਲੋਕ ਮੁਸਤਫਾ ਹੁਸੈਨੀ ਨੂੰ ਮਿਲਣ ਲਈ ਕਿਉਂ ਆ ਜਾਣੇ ਦੂਰ ਦੂਰ? ਮੁਸਤਫਾ ਹੁਸੈਨੀ ਸਰਕਾਰ ਨੂੰ ਲੜਨਗੇ ਵੀਜ਼ਿਆਂ ਲਈ, ਜਾਂ ਫਿਰ ਕਹਿ ਲਓ ਕਿ ICCRC ਤੋਂ ਮਨ ਭਰ ਗਿਆ ਸੀ, ਹੁਣ ਇੱਕ ਸਟੈਪ ਅਸੀਂ ਉੱਤੇ ਨਵਾਂ ਲਿਆ ਕਿ ਲੋਕਾਂ ਨੂੰ ਕਹਿ ਦੇ ਕੋਈ ਵਕੀਲ ਆ ਗਿਆ, ਵਕੀਲ ਆ ਗਿਆ ਅਤੇ ਰਸ਼ ਪਾ ਲਈਏ ਦਫ਼ਤਰਾਂ 'ਚ, ਕੀ ਵਕੀਲ ਪਹਿਲਾਂ ਫੀਸ ਲੈ ਕੇ ਵੀ ਵੀਜ਼ਾ ਦਵਾ ਦੂਗਾ? ਇਸ ਚੀਜ਼ ਦੀ ਗਰੰਟੀ ਲੈਣਾ ਹੋਊਗਾ। ਕਈ ਐਪਲੀਕੇਸ਼ਨ ਆ ਜਿਹੜੇ ਏਜੰਟਾਂ ਕੋਲ ਰਿਫਿਊਜ਼ ਹੋ ਗਏ, 4 ਵਾਰ ਰਿਫਿਊਜ਼, 5 ਵਾਰ ਰਿਫਿਊਜ਼, ਉਹ ਕਲਾਇੰਟ ਸਾਡੇ ਕੋਲ ਆਇਆ ਭਾਜੀ ਮੇਰੇ ਕਸੂਰ ਕੋਈ ਨਹੀਂ, ਫਿਰ ਵੀਜ਼ਾ ਰਿਫਿਊਜ਼ ਹੋਇਆ। ਓਮ ਗਲੋਬਲ ਕੋਈ ਵੀਜ਼ਾ ਰਿਫਿਊਜ਼ ਨਹੀਂ ਹੁੰਦਾ? ਸਾਡੇ ਕੋਲ ਵੀ ਹੁੰਦੇ, ਫਸਟ ਟਾਈਮ 'ਚ ਐਪਲੀਕੇਸ਼ਨ ਕੋਈ ਰਿਫਿਊਜ਼ ਹੋਈ, ਅਸੀਂ ਵੀ ਰੱਬ ਨਹੀਂ ਲੱਗੇ ਨਾ ਵੀਜ਼ਾ ਆਫਿਸਰ। 11 ਵੀਜ਼ੇ ਚਲੋ ਅਸੀਂ ਨਹੀਂ ਗਿਣ ਸਕਦੇ, ਪਰ ਵੀਜ਼ਾ ਦਰਸ਼ਕਾਂ ਨੂੰ ਵਿਖਾ ਦਈਏ ਕਿ ਵੀਜ਼ੇ ਮੁਝੇ ਨਕਲੀ ਨਾ ਲਵਾਏ ਹੋਣ, ਬਿਲਕੁਲ ਚੈੱਕ ਕਰ। ਹਾਂ, ਕਿਉਂਕਿ ਵੀਜ਼ੇ ਅੱਜ ਕੱਲ੍ਹ ਬਹੁਤ ਹੀ ਚੀਜ਼ਾਂ ਚੱਲਦੀਆਂ, ਵੀਜ਼ਾ ਬਿਲਕੁਲ ਅਸਲੀ ਆ ਜੀ। ਖੁੱਲਾ ਸੱਦਾ ਹੈ, ਆਪਣੇ ਪੇਰੈਂਟਸ ਦੇ ਨਾਲ ਆਓ, ਵੱਡੇ ਭੈਣ ਭਰਾ ਦੇ ਨਾਲ ਆਓ, ਕਾਗਜ਼ ਲੈ ਕੇ ਆਓ, ਰਿਫਿਊਜ਼ਲ ਲੈਟਰਾਂ ਲੈ ਕੇ ਆਓ। ਕੈਨੇਡਾ ਤੋਂ ਚੱਲ ਕੇ ਆ ਰਹੇ ਕੈਨੇਡੀਅਨ ਲਾਇਰ ਮਿਸਟਰ ਮੁਸਤਫਾ ਹੁਸੈਨੀ ਅਤੇ ਉਹਨਾਂ ਦੀ ਟੀਮ ਨੂੰ ਮਿਲੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਅੱਜ ਓਮ ਗਲੋਬਲ ਦੇ ਆਫਿਸ 'ਚ ਆਏ ਸੀ ਔਰ ਓਮ ਗਲੋਬਲ ਦੀ ਬਹੁਤ ਸਾਰੀ ਐਡਵਰਟੀਜ਼ਮੈਂਟ ਦੇਖ ਰਹੇ ਹਾਂ। ਮਿਸਟਰ ਮੁਸਤਫਾ ਹੁਸੈਨੀ ਜੋ ਕਿ ਲਾਇਰ ਨੇ, ਇਮੀਗ੍ਰੇਸ਼ਨ ਲਾਇਰ ਨੇ ਕੈਨੇਡਾ ਤੋਂ, ਉਹਨਾਂ ਨੂੰ ਲੈ ਕੇ ਇਹ ਸੈਮੀਨਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਦੋਸਤ। ਸੋ ICCRC ਦੀ ਗੱਲ ਤਾਂ ਅਸੀਂ ਸੁਣੀ ਸੀ ਯਾਰ, ਇਹ ਹੁਣ ਇਮੀਗ੍ਰੇਸ਼ਨ ਲਾਇਰ ਕੋਈ ਮੁਸਤਫਾ ਹੁਸੈਨੀ ਦੀ ਗੱਲ ਕਰ ਰਹੇ ਨੇ। ਓਮ ਗਲੋਬਲ ਵੀਜ਼ਾਸ ਨੂੰ ਲੈ ਕੇ ਤਾਂ ਜਾਣਿਆ ਜਾਂਦਾ, ਮੈਂ ਇੱਕ ਵਾਰ ਟੇਬਲ ਕਹੂੰਗਾ ਆਪਣੇ ਕੈਮਰਾਮੈਨ ਨੂੰ, ਟੇਬਲ ਦਿਖਾਓ ਜਿਹੜੇ ਵੀਜ਼ੇ ਲੱਗੇ ਨੇ ਇਹਨਾਂ ਦੇ। ਇਹ ਇੰਨੇ ਵੀਜ਼ੇ ਕਿਵੇਂ ਲੈ ਲਏ ਜਦੋਂ ਰਿਫਿਊਜ਼ਲ ਆ ਮਾਰਕੀਟ ਦੇ ਵਿੱਚ? ਉੱਥੇ 111 ਵੀਜ਼ੇ ਕਹਿੰਦੇ ਅਸੀਂ ਲਏ ਆ ਜੀ 10 ਕੁ ਦਿਨਾਂ ਦੇ ਵਿੱਚ ਹੀ, ਇੰਨੇ ਵੀਜ਼ੇ ਕਿੱਥੋਂ ਆ ਗਏ? ਦੁਬਾਰਾ ਚਰਚਾ ਕਰਾਂਗੇ। ਔਰ ਜਿਹੜਾ ਮੁਸਤਫਾ ਹੁਸੈਨੀ ਦੀ ਗੱਲ ਕਰ ਰਹੇ ਨੇ ਉਹ ਕੀ ਚੀਜ਼ ਆ, ਉਸ ਬਾਰੇ ਵੀ ਚਰਚਾ ਕਰਾਂਗੇ। ਓਮ ਗਲੋਬਲ ਤੋਂ ਰਿੱਕੀ ਸੰਧੂ ਸਾਡੇ ਨਾਲ ਹਾਜ਼ਰ ਨੇ, ਟੀਵੀ ਸ਼ੋਅਜ਼ 'ਤੇ, ਸੋਸ਼ਲ ਮੀਡੀਆ 'ਤੇ ਛਾਏ ਹੋਏ ਨੇ। ਅੱਜ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਖਾਸ ਲੈ ਕੇ ਆ ਰਹੇ ਨੇ। ਸੰਧੂ ਸਾਹਿਬ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਸੰਧੂ ਸਾਹਿਬ ਪਿਛਲੀ ਵਾਰੀ ਵੀ ਆਪਾਂ ਮਿਲੇ ਸੀ ਅਤੇ ਤੁਹਾਨੂੰ ਪਤਾ ਸਵਾਲ ਸਿੱਧੇ ਹੁੰਦੇ ਮੇਰੇ ਜੀ। ਮੁਸਤਫਾ ਹੁਸੈਨੀ, ਮਿਸਟਰ ਮੁਸਤਫਾ ਹੁਸੈਨੀ, ਇਹ ਹੁਣ ਇਹ ਕੀ ਚੀਜ਼ ਨਵੀਂ ਆ ਗਈ? ਆਪ ਠੀਕ ਹੈ, ICCRC ਮੈਂਬਰ ਸੁਣੇ ਸੀ, ਵੀਜ਼ਾ ਕਾਉਂਸਲਰ ਸੁਣੇ ਸੀ, ਵੀਜ਼ਾ ਐਕਸਪਰਟ ਸੁਣੇ ਸੀ ਜੀ, ਹੁਣ ਇਮੀਗ੍ਰੇਸ਼ਨ ਲਾਇਰ ਲੈ ਕੇ ਆ ਗਏ ਅਸੀਂ ਨਵਾਂ, ਇਹ ਹੁਣ ਇੱਕ ਹੀ ਚੀਜ਼ ਨਵੀਂ ਪੇਸ਼ ਕਰਦੇ? ਮੁਸਤਫਾ ਹੁਸੈਨੀ ਕੈਨੇਡੀਅਨ ਲਾਇਰ ਹੈ, ਇੱਕ ICCRC ਮੈਂਬਰ ਹੁੰਦਾ ਠੀਕ ਹੈ, ਜਿਹੜੇ ਐਜੂਕੇਸ਼ਨ ਕੀਤੀ, ਪੜ੍ਹਿਆ ਇਮੀਗ੍ਰੇਸ਼ਨ ਬਾਰੇ, ਬਟ ਇੱਕ ਲਾਇਰ, ਸਪੈਸੀਫਿਕ ਲਾਇਰ ਹੈ, ਜਿੱਦਾਂ ਆਪਾਂ ਇੰਡੀਆ ਦੀ ਗੱਲ ਕਰੀਏ ਜਿਹਨੇ ਕਾਨੂੰਨ ਪੜ੍ਹਿਆ ਹੁੰਦਾ ਇਹ ਉਹ ਲਾਇਰ ਹੈ। ICCRC ਮੈਂਬਰ ਜਾਂ ICCRC ਮੈਂਬਰ ਜਿਹਨੂੰ ਕਹੀਏ, ਉਹਦੇ ਕੋਲ ਅਥਾਰਟੀ ਨਹੀਂ ਹੈਗੀ ਕਿ ਵੀਜ਼ਾ ਆਫਿਸਰ ਤੋਂ ਜਿਹੜਾ ਰਿਜ਼ਲਟ ਆ ਗਿਆ ਉਹਨੂੰ ਕੋਰਟ ਤੱਕ ਲਿਜਾਣ ਦੀ। ਸਿਰਫ ਲਾਇਰ, ਵੀਜ਼ਾ ਰਿਫਿਊਜ਼ ਹੁੰਦਾ, ਲਾਇਰ ਉਸ ਕੇਸ ਨੂੰ ਕੋਰਟ ਤੱਕ ਲਿਜਾ ਸਕਦਾ, ਸਰਕਾਰ ਨਾਲ ਕਾਨੂੰਨ ਨਾਲ ਲੜ ਕੇ ਵੀਜ਼ਾ ਲੈ ਕੇ ਦੇ ਸਕਦਾ, ਉਹ ਹੈ ਮੁਸਤਫਾ ਹੁਸੈਨੀ ਲਾਇਰ ਜੀ। ਅਤੇ ਹੁਣ ਇਹ ਸੱਚੀ ਮੁਸਤਫਾ ਹੁਸੈਨੀ ਸਰਕਾਰ ਨਾਲ ਲੜਨਗੇ ਵੀਜ਼ਿਆਂ ਲਈ, ਜਾਂ ਫਿਰ ਕਹਿ ਲਓ ਕਿ ICCRC ਤੋਂ ਮਨ ਭਰ ਗਿਆ ਸੀ, ਹੁਣ ਇੱਕ ਸਟੈਪ ਅਸੀਂ ਉੱਤੇ ਨਵਾਂ ਲਿਆ ਕਿ ਲੋਕਾਂ ਨੂੰ ਕਹਿ ਦਈਏ ਕੋਈ ਵਕੀਲ ਆ ਗਿਆ, ਵਕੀਲ ਆ ਗਿਆ ਅਤੇ ਰਸ਼ ਪਾ ਲਈਏ ਦਫ਼ਤਰਾਂ 'ਚ, ਇਹ ਕੀ ਥੋੜ੍ਹਾ ਜਿਹਾ? ਦੇਖੋ, ਅਸੀਂ ਖੁਦ ICCRC ਮੈਂਬਰ ਵੀ ਹਾਂ, ਇੱਕ ਅਪਰੋਚ ਹੈ, ਨਵੀਂ ਐਪਲੀਕੇਸ਼ਨ ਪ੍ਰੋਸੈਸ ਹੋਈ, ਸਾਰਾ ਕੁਝ ਕਲੀਅਰ ਦਿਖਦਾ, ਜਿੱਦਾਂ ਬਾਕੀ ਏਜੰਟ ਫਾਈਲ ਕਰਦੇ ਅਸੀਂ ਵੀ ਕਰਦੇ, ਵੀਜ਼ਾ ਲੱਗ ਜਾਂਦਾ, ਬਟ ਇੱਕ ਚੀਜ਼ ਆਉਂਦੀ ਹੈ ਕਿ ਵੀਜ਼ਾ ਰਿਫਿਊਜ਼ ਹੋ ਗਿਆ, ਰੀਲੌਜ ਕੀਤਾ, ਵੀਜ਼ਾ ਨਹੀਂ ਗ੍ਰਾਂਟ ਹੋਇਆ, ਉਸ ਕੇਸਿਸ ਦੇ ਵਿੱਚ ਮੁਸਤਫਾ ਹੁਸੈਨੀ ਦੇਖਦੇ ਆ ਐਪਲੀਕੇਸ਼ਨ ਨੂੰ ਐਜ਼ ਅ ਲਾਇਰ, ਕਈ ਫੈਕਟਰਸ ਤੋਂ ਵੀਜ਼ਾ ਰਿਫਿਊਜ਼ ਹੋ ਗਿਆ, ਬਟ ਬੱਚਾ ਉਹਦੇ 'ਚ ਸਹੀ ਹੈ, 6 ਬੈਂਡ ਈਚ ਮੰਗਦੇ, 6 ਬੈਂਡ ਈਚ ਹੈਗੇ, ਇਨਕਮ ਦੇਖਦੇ ਉਹ ਚੰਗੀ ਹੈ, ਪਰਸੈਂਟੇਜ ਚੰਗੀ ਹੈ, ਕੋਰਸ ਰਿਲੀਵੈਂਟ ਹੈ, ਵੀਜ਼ਾ ਰਿਫਿਊਜ਼ ਹੋ ਗਿਆ, ਉਹਦੇ 'ਚ ਕਿਸੇ ਦੀ ਅਪਰੋਚ ਨਹੀਂ ਪੈਂਦੀ। ਉਹ ਮੁਸਤਫਾ ਹੁਸੈਨੀ ਲਾਇਰ ਜਿਹੜੇ ਨੇ ਉਹ ਇਸ ਫਾਈਲ ਨੂੰ ਰੀਪ੍ਰੈਜ਼ੈਂਟ ਕਰਦੇ ਆ ਕੋਰਟ ਦੇ ਵਿੱਚ, ਸਰਕਾਰ ਨਾਲ ਕਾਨੂੰਨੀ ਹਦਾਇਤਾਂ ਤੇ ਲੱਗ ਕੇ ਉਸ ਚੀਜ਼ ਤੇ ਵੀਜ਼ਾ ਲੈ ਮੈਂਬਰ ਫਾਈਲ ਨੂੰ ਪ੍ਰੈਜ਼ੈਂਟ ਕਰ ਸਕਦੇ ਆ, ਆਪਣਾ ਨਾਲ ਸਰਟੀਫਿਕੇਟ ਲਾ ਸਕਦੇ ਆ, ਲੈਟਰ ਹੈਡ ਲਾ ਕੇ ਜਿਹੜੇ ਪ੍ਰੈਜ਼ੈਂਟ ਕਰਦੇ ਆ, ਰੀਪ੍ਰੈਜ਼ੈਂਟੇਸ਼ਨ ਫਾਰਮ ਬੰਦਾ ਲਾ ਦਿੰਦੇ ਜੀ। ਜੋ ਮੁਸਤਫਾ ਹੁਸੈਨੀ ਆ
ਉਹ ਜਿਹੜੇ ਵੀ ਕੇਸ ਰਿਫਿਊਜ਼ ਹੋ ਗਏ ਉਹਨਾਂ ਦੇ ਦੁਬਾਰਾ ਜਾਣ ਪਾਉਂਦੇ ਆ ਲੜਕੇ ਸਰਕਾਰ ਦੇ ਨਾਲ ਜੀ। ਆਹ ਜਿਹੜੇ ਇਹਨਾਂ ਤੁਸੀਂ ਪਾਸਪੋਰਟ ਰੱਖੇ ਆ 111 ਪਾਸਪੋਰਟ ਤੁਸੀਂ ਕਹਿੰਦੇ, ਮੈਂ ਤਾਂ ਹੀ ਰਿਕੁਐਸਟ ਕੀਤੀ ਸੀ ਕਿ ਮੇਰੇ ਆਉਣ ਤੋਂ ਪਹਿਲਾਂ ਪਾਸਪੋਰਟ ਸਜਾ ਕੇ ਰੱਖਿਓ ਜੀ, ਇੱਕ ਤਾਂ ਪਾਸਪੋਰਟ ਗਿਣ ਲਾਂਗੇ ਔਰ ਦੂਜਾ ਵੇਲਾਂਗੇ ਪਾਸਪੋਰਟ ਜਾਲੀ ਕਿੰਨੇ ਆ ਤੇ ਅਸਲੀ ਕਿੰਨੇ ਆ। ਚੈੱਕ ਕਰ ਸਕਦੇ ਹੋ? ਚੈੱਕ ਬਿਲਕੁਲ ਕਰਾਂਗੇ, ਚਲੋ ਜਦੋਂ ਵਾਰੀ ਆਊਗੀ ਉਹਦੀ ਵੀ ਚੈੱਕ ਕਰਾਂਗੇ। ਪਰ ਇਹ ਦੱਸੋ ਜੀ ਇਹ 'ਚ ਮੁਸਤਫਾ ਹੁਸੈਨੀ ਦੇ ਵੀਜ਼ੇ ਕਿੰਨੇ ਲਵਾਏ? ਦੇਖੋ ਮੁਸਤਫਾ ਹੁਸੈਨੀ ਜੋ ਕਿ ਸਾਡੇ ਹੀ ਟੀਮ ਮੈਂਬਰ ਨੇ, ਪਾਰਟ ਹੋਮ ਗਲੋਬਲ ਦਾ, ਪੁਨੀਤ ਸਰ ਲਾਸਟ ਈਅਰ ਕੈਨੇਡਾ ਚਲੇ ਗਏ ਸੀਗੇ, ਇੱਕ ਸਾਲ ਕੈਨੇਡਾ ਦੇ ਵਿੱਚ ਹੀ ਰਹੇ, ਆਈਆਰਸੀਸੀ ਮੈਂਬਰ ਦੀ ਟੀਮ ਹੈ, ਹੋਮ ਗਲੋਬਲ ਇੰਡੀਆ ਪਲੱਸ ਹੋਮ ਗਲੋਬਲ ਕੈਨੇਡਾ, ਇਹ ਰਲ ਕੇ ਹੋਮ ਗਲੋਬਲ ਦੇ ਵੀਜ਼ੇ ਆ। ਉਹ ਮੁਸਤਫਾ ਹੁਸੈਨੀ ਕੀ ਰੋਲ ਇਹਨਾਂ ਵੀਜ਼ਿਆਂ ਦੇ ਵਿੱਚ? ਦੇਖੋ ਕਹਿ ਰਹੇ ਪੰਜਾਬ ਦੇ ਵਿੱਚ ਮੁਸਤਫਾ ਹੁਸੈਨੀ ਆ ਰਹੇ ਆ, ਜੇ ਹੋਮ ਗਲੋਬਲ ਨੇ ਵੀਜ਼ਾ ਲਵਾਉਣੇ ਤਾਂ ਫਿਰ ਲੋਕ ਮੁਸਤਫਾ ਹੁਸੈਨੀ ਨੂੰ ਮਿਲਣ ਲਈ ਕਿਉਂ ਆ ਜਾਣੇ ਦੂਰੋਂ ਦੂਰੋਂ? ਦੇਖੋ ਫਰੈਸ਼ ਐਪਲੀਕੈਂਟ 'ਚ ਹੋਮ ਗਲੋਬਲ ਨੇ ਵੀਜ਼ਾ ਲਵਾਤੇ, ਆਈਆਰਸੀਸੀ ਦਾ ਆਪਣਾ ਰੋਲ ਸੀ ਉਹਨੇ ਅਦਾ ਕਰਤਾ, ਬਟ ਕਈ ਐਪਲੀਕੇਸ਼ਨ ਆ ਜਿਹੜੇ ਏਜੰਟਾਂ ਕੋਲ ਰਿਫਿਊਜ਼ ਹੋ ਗਏ, 4 ਵਾਰ ਰਿਫਿਊਜ਼, 5 ਵਾਰ ਰਿਫਿਊਜ਼, ਉਹ ਕਲਾਇੰਟ ਸਾਡੇ ਕੋਲ ਆਇਆ ਭਾਜੀ ਮੇਰੇ ਕਸੂਰ ਕੋਈ ਨਹੀਂ, ਫਿਰ ਵੀਜ਼ਾ ਰਿਫਿਊਜ਼ ਹੋਇਆ। ਹੋਮ ਗਲੋਬਲ ਕੋਲ ਵੀਜ਼ਾ ਰਿਫਿਊਜ਼ ਨਹੀਂ ਹੁੰਦਾ? ਸਾਡੇ ਕੋਲ ਵੀ ਹੁੰਦੇ ਆ, ਫਸਟ ਟਾਈਮ 'ਚ ਐਪਲੀਕੇਸ਼ਨ ਕੋਈ ਰਿਫਿਊਜ਼ ਹੋਈ ਅਸੀਂ ਵੀ ਰੱਬ ਨਹੀਂ ਲੱਗੇ ਨਾ ਵੀਜ਼ਾ ਆਫਿਸਰ ਆ, ਬਟ ਜਿੱਥੇ ਕਲਾਇੰਟ ਜੈਨੂਅਨ ਹੈ ਸਾਨੂੰ ਲੱਗਦਾ ਕਿ ਵੀਜ਼ਾ ਲੱਗ ਸਕਦਾ ਸੀਗਾ, ਬਟ ਇਹ ਕਾਰਨਾਂ ਤੋਂ ਆਫਿਸਰ ਨੇ ਵੀਜ਼ਾ ਨਹੀਂ ਦਿੱਤਾ, ਉਹਦੇ 'ਚ ਰੋਲ ਅਦਾ ਕਰਦੇ ਮੁਸਤਫਾ ਹੁਸੈਨ। ਕੋਈ ਛੋਟੀ ਮੋਟੀ ਬਿਮਾਰੀ ਹੋ ਗਈ ਤੇ ਡਾਕਟਰ ਨੇ ਇਲਾਜ ਕਰਤਾ, ਕੋਈ ਵੱਡੀ ਬਿਮਾਰੀ ਪੈ ਗਈ ਤੇ ਐਮਐਸ ਬੁਲਾ ਲਿਆ ਜਾਂ ਐਮਡੀ ਬੁਲਾ ਲਿਆ, ਤੁਸੀਂ ਉਹਨੂੰ ਆਪਣੇ ਲੋਇਰ ਨੂੰ ਬੁਲਾਓਗੇ ਔਰ ਫਿਰ ਇਹ ਵੀਜ਼ਾ ਇਹ ਕੇਸ ਆਪਣੇ ਲੋਇਰ ਦੇ ਹਵਾਲੇ ਕਰ ਦੋਗੇ, ਉਹ ਲੋਇਰ ਜਿਹੜਾ ਸਰਕਾਰ ਦੇ ਨਾਲ ਲੜਕੇ ਕਹਿੰਦੇ ਵੀਜ਼ਾ ਲੈ ਲੈਂਦਾ, ਇਹ ਸੱਚ ਹੈ? ਬਿਲਕੁਲ ਸੱਚ ਹੈ ਜੀ। ਪ੍ਰੋਸੈਸ ਇੱਦਾਂ ਹੁੰਦਾ ਕਿ ਸਾਰੇ ਪੈਰਾਮੀਟਰ ਤੁਸੀਂ ਮੀਟ ਕਰਦੇ ਪਏ, ਵੀਜ਼ਾ ਆਫਿਸਰ ਨੇ ਰਿਫਿਊਜ਼ ਕਰਤਾ, ਰੀਸੈਂਟ ਅੱਜ ਕੱਲ੍ਹ ਰਿਫਿਊਜ਼ਲ ਦੇਖਣ ਨੂੰ ਮਿਲਦੀ 6-6-7-7 ਬੈਂਡ ਦੇ ਨਾਲ, ਤੁਸੀਂ ਵਾਪਸ ਨਹੀਂ ਮੁੜ ਕੇ ਆਉਂਗੇ। ਸੋ ਰੀਜ਼ਨ ਕਲੀਅਰ ਨਹੀਂ ਹੋਇਆ, ਕੇਐਫਐਸ ਨੋਟ ਜਾਂ ਜੀਸੀਐਮਐਸ ਨੋਟ ਸਪਲਾਈ ਹੋਇਆ, ਬਟ ਉਹਦੇ 'ਚ ਵੀ ਕਲੀਅਰ ਨਹੀਂ ਹੈ ਕਿ ਚਾਹੁੰਦਾ ਕੀ ਆਫਿਸਰ। ਉਹਦੇ ਬਿਹਾਫ ਤੇ ਤੁਹਾਡੀਆਂ ਦਲੀਲਾਂ ਜਿਹੜੀਆਂ ਅੱਗੇ ਸਰਕਾਰ ਨੂੰ ਪੇਸ਼ ਕੀਤੇ ਜਾਂਦੀਆਂ, ਇਮੀਗ੍ਰੇਸ਼ਨ ਜੱਜ ਜਿਹੜਾ ਜੁਡੀਸ਼ੀਅਲ ਰਿਵਿਊ ਦੇ ਵਿੱਚ ਉਹ ਕੇਸ ਨੂੰ ਦੇਖਦਾ, ਫਿਰ ਸਰਕਾਰੀ ਵਕੀਲ ਆ ਕੇ ਉਹ ਬੈਠਦਾ, ਉਹਦੇ ਵਿੱਚ ਮੁਸਤਫਾ ਹੁਸੈਨੀ ਸਰ ਦੇ ਨਾਲ ਬੈਠਿਆ ਜਾਂਦਾ, ਉਹ ਦੱਸਦੇ ਆਪਣੇ ਬਾਰੇ ਕਿ ਇਹ ਐਪਲੀਕੇਸ਼ਨ 'ਚ ਇਹ ਚੀਜ਼ਾਂ ਦੀ ਕਮੀਆਂ ਨਹੀਂ ਹੈਗੀ, ਤਾਂ ਵੀਜ਼ਾ ਕਿਉਂ ਰਿਫਿਊਜ਼ ਕੀਤਾ, ਉਹ ਕੇਸ 'ਚ ਦੈਨ ਉਹ ਦਲੀਲਾਂ ਦੇ ਨਾਲ ਜਿੱਤਿਆ ਜਾਂਦਾ, ਫਿਰ ਵੀਜ਼ਾ ਗ੍ਰਾਂਟ ਹੁੰਦਾ। ਆਪਾਂ ਵੀਜ਼ਾ ਦੀ ਗੱਲ ਕੀਤੀ ਸੀ, 111 ਵੀਜ਼ੇ, ਚਲੋ ਅਸੀਂ ਨਹੀਂ ਗਿਣ ਸਕਦੇ, ਪਰ ਵੀਜ਼ਾ ਦਰਸ਼ਕਾਂ ਨੂੰ ਵਿਖਾ ਦੇ ਕਿ ਵੀਜ਼ੇ ਵੀਜ਼ੇ ਨਕਲੀ ਨਾ ਲਵਾਏ ਹੁਣ। ਬਿਲਕੁਲ ਚੈੱਕ ਕਰ, ਹਾਂ, ਕਿਉਂਕਿ ਵੀਜ਼ੇ ਅੱਜ ਕੱਲ੍ਹ ਬਹੁਤ ਅੱਛੀਆਂ ਚੱਲਦੀਆਂ, ਵੀਜ਼ਾ ਬਿਲਕੁਲ ਅਸਲੀ ਆ ਜੀ, ਬਿਲਕੁਲ ਦੇਖ ਸਕਦੇ ਹੋ ਵੀਜ਼ੇ ਅਸਲੀ ਆ, ਔਰ ਬੱਚੇ ਨੂੰ ਮੁਬਾਰਕਬਾਦ ਦੇ ਦੀ ਅਗਰ ਤੁਹਾਨੂੰ ਕੋਈ ਜ਼ਿਆਦਾ ਨਹੀਂ ਦੇ ਸਕਦੇ। ਕੋਈ ਲਵਪ੍ਰੀਤ ਕੌਰ ਆ ਜੀ, ਇਹਨਾਂ ਦਾ ਜਿਹੜਾ ਵੀਜ਼ਾ ਹੈ ਬੱਚੇ ਨੂੰ ਸ਼ਾਇਦ ਅਜੇ ਤੱਕ ਇਨਫੋਰਮ ਕੀਤਾ ਜਾਂ ਨਹੀਂ ਕੀਤਾ, ਸਿਟੀ ਵੀ ਦੱਸ ਦਿਓ ਜੀ। ਲਵਪ੍ਰੀਤ ਕੌਰ ਆ ਜੀ, ਔਰ ਇਹਨਾਂ ਦਾ ਪਹਿਲਾਂ ਦਾ ਕਲਿੱਪ ਉਤਾਰ ਲਈ, ਇੱਥੋਂ ਕਲਿੱਪ ਉਤਾਰ ਕੇ ਬੱਚੇ ਨੂੰ ਸਿਟੀ ਵੀ ਦੱਸ ਦਿੰਦੇ ਹਾਂ ਜੀ, ਅੱਜ ਨਾਲ ਅੰਮ੍ਰਿਤਸਰ ਜੀ। ਸੋ ਵੀਜ਼ਾ ਤੁਸੀਂ ਦੇਖ ਸਕਦੇ ਹੋ ਜੀ, ਬੱਚਾ ਆਪਣਾ ਪਾਸਪੋਰਟ ਵੀ ਦੇਖ ਸਕਦਾ। ਮੁਬਾਰਕਾਂ, ਔਰ ਮੁਬਾਰਕਾਂ ਜੀ ਪੂਰੀ ਟੀਮ ਵੱਲੋਂ, ਤੁਹਾਡਾ ਵੀਜ਼ਾ ਆ ਗਿਆ, ਔਰ ਇਸੇ ਤਰ੍ਹਾਂ ਹੀ ਇਹ ਜਿਹੜੇ ਵੀਜ਼ੇ 111 ਵੀਜ਼ੇ, ਚਲੋ ਨਹੀਂ ਗਿਣ ਸਕਦੇ ਪਰ ਚਲੋ ਤਸਦੀਕ ਤਾਂ ਕਰ ਸਕਦੇ ਕਿ ਅਸਲੀ ਕਿ ਨਕਲੀ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਤਾਂ ਸਟੂਡੈਂਟ ਵੀਜ਼ਾ ਦੀ ਤੁਸੀਂ ਗੱਲ, ਸਾਰੇ ਸਟੂਡੈਂਟ ਵੀਜ਼ਾ ਹੀ ਹੈ? ਬਿਲਕੁਲ ਜੀ। ਪੰਜਾਬ ਦੇ ਵਿੱਚ ਬਹੁਤੇ ਲੋਕ ਜਿਹੜੇ ਰਿਫਿਊਜ਼ ਹੋ ਗਏ ਉਹ ਜਾਂ ਤਾਂ ਵਰਕ ਪਰਮਿਟ ਦੇ ਨਾਮ 'ਤੇ ਹੋ ਗਏ, LMI ਦੇ ਨਾਮ 'ਤੇ ਹੋ ਗਏ, ਟੂਰਿਸਟ ਵਿਸਟਰ ਦੇ ਨਾਮ 'ਤੇ ਹੋ ਗਏ, ਸਟੂਡੈਂਟ ਤਾਂ ਚਲੋ ਰਿਫਿਊਜ਼ ਹੋਏ ਹੋਏ, ਪਿੱਛੇ ਜੇ ਗੱਲ ਕਰ ਲਈ 7 ਬੈਂਡ 8 ਬੈਂਡ 8 ਬੈਂਡ ਵਾਲੇ ਬੱਚੇ ਨੂੰ ਇਹ ਕਹਿ ਕੇ ਰਿਫਿਊਜ਼ ਕਰਤਾ ਕਿ ਤੂੰ ਵਾਪਸ ਨਹੀਂ ਆਉਣਾ, ਉਹ ਸਰਕਾਰ ਨੂੰ ਕੋਈ ਇਹ ਪੁੱਛੇ, ਹਾਈ ਕਮਿਸ਼ਨ ਨੂੰ ਇਹ ਪੁੱਛੇ ਵੀ ਜਿਹੜਾ 6 ਬੈਂਡ ਵਾਲਾ ਗਿਆ ਉਹ ਮੁੜ ਕੇ ਆਇਆ, ਕੈਨੇਡਾ ਦੇ ਵਿੱਚ ਜਿਹੜਾ ਬੱਚਾ ਗਿਆ ਉਹ ਕਿਹੜਾ ਅੱਜ ਤੱਕ ਮੁੜ ਕੇ ਆਇਆ? ਕੋਈ ਨਹੀਂ ਮੁੜ ਕੇ ਆਇਆ, ਪਰ ਰਿਫਿਊਜ਼ਲ ਦਾ ਰੀਜ਼ਨ ਗਰਾਊਂਡ ਜੇ ਬਣਾ ਰਹੇ ਆ ਕਿ ਤੁਸੀਂ ਮੁੜ ਕੇ ਨਹੀਂ ਆਉਣਾ ਜੀ। ਉਹਨੂੰ ਦੁਬਾਰਾ ਵਕੀਲਾਂ ਦੀ ਸਹਾਇਤਾ ਨਾਲ ਜਾਂ ਚੰਗੀ SOP ਲੈ ਕੇ ਚਲੋ ਵੀਜ਼ਾ ਲਿਆ ਜਾਂਦਾ ਹੈ, ਪਰ ਸਟਿਲ ਕਈ ਕੇਸਿਸ 2 ਵਾਰ 3 ਵਾਰ 4 ਵਾਰ ਰਿਫਿਊਜ਼ ਹੋ ਗਏ 7-7 ਬੈਂਡ ਤੋਂ ਬਾਅਦ, ਉਹਨਾਂ ਨੂੰ ਸਮਝ ਨਹੀਂ ਆ ਰਹੀ ਕਰੀਏ ਕੀ। ਐਸੇ ਕੇਸਾਂ ਨੂੰ ਲੜਨ ਲਈ ਫਿਰ ਮੁਸਤਫਾ ਹੁਸੈਨੀ ਕੰਮ ਕਰਨ? ਬਿਲਕੁਲ ਕਰਦੇ ਜੀ। ਸਿਰਫ ਸਟੂਡੈਂਟ ਵੀਜ਼ਾ ਨੂੰ ਲੈ ਕੇ ਐਸੇ ਕੇਸਾਂ ਤੇ ਮੁਸਤਫਾ ਹੁਸੈਨੀ ਕੰਮ ਵੀ ਕਰਦੇ ਤੇ ਵੀਜ਼ਾ ਵੀ ਲੈ ਕੇ ਦਿੰਦੇ ਆ। ਔਰ ਇਹ ਸਿਰਫ ਸਟੂਡੈਂਟ ਵੀਜ਼ਾ ਦੇ ਲੈ ਕੇ ਦੇਣਗੇ ਜਾਂ ਵਿਜ਼ਟਰ ਵੀਜ਼ਾ, ਟੂਰਿਸਟ ਵੀਜ਼ਾ, ਜਿਹੜੇ LMI ਤੇ ਰਿਫਿਊਜ਼ ਹੋ ਗਏ, ਵਰਕ ਪਰਮਿਟ ਦੇ ਰਿਫਿਊਜ਼ ਹੋ ਗਏ, ਔਰ ਸਭ ਤੋਂ ਗੱਲ ਜਿਹੜੇ ਵਿਆਹੇ ਜੋੜੇ ਆ ਇਕੱਠੇ ਜਾਣਾ ਚਾਹੁੰਦੇ ਸੀ ਰਿਫਿਊਜ਼ ਹੋ ਗਏ, ਕੁੜੀ ਉੱਥੇ ਬੈਠੀ ਆ, ਮੁੰਡਾ ਵਿਚਾਰਾ 4 ਵਾਰੀ ਫਾਈਲ ਲਾ ਕੇ ਬਹਿ ਗਿਆ, ਉਹ 4 ਵਾਰੀ ਫਾਈਲ ਰਿਫਿਊਜ਼ ਹੋ ਗਈ, ਕੀ ਇਹ ਸਾਰੇ ਫਸੇ ਕੇਸ ਕਢਾਉਣਗੇ ਉਹ? ਦੇਖੋ ਸਿਰਫ ਸਟੂਡੈਂਟ ਵੀਜ਼ਾ 'ਚ ਲੋਇਰ ਦਾ ਕੰਮ ਨਹੀਂ ਹੈਗਾ, ਤੁਸੀਂ TR ਅਪਲਾਈ ਕਰਨਾ ਚਾਹੁੰਦੇ ਹੋ, PR ਕਰਨਾ ਚਾਹੁੰਦੇ ਹੋ, ਵਰਕ ਪਰਮਿਟ ਕਰਨਾ, ਵਿਜ਼ਟਰ ਵੀਜ਼ਾ ਕਰਨਾ, ਜਾਂ ਜਿਨ੍ਹਾਂ ਦੇ ਐਪਲੀਕੈਂਟ ਮੇਨ ਜਾ ਚੁੱਕੇ ਆ ਉਹ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਆ ਐਜ਼ ਅ ਵਿਜ਼ਿਟਰ ਜਾਂ ਓਪਨ ਵਰਕ ਪਰਮਿਟ ਐਪਲੀਕੇਸ਼ਨ 'ਤੇ, ਇੱਕ ਵਾਰ ਰਿਫਿਊਜ਼ ਹੋ, 2 ਵਾਰ 5 ਵਾਰ ਕਿਸੇ ਏਜੰਟ ਨੇ ਤੁਹਾਡੀ ਬਾਂਹ ਨਹੀਂ ਫੜੀ, ਸਾਡੇ ਕੋਲ ਲੋਇਰ ਨੂੰ ਮਿਲੋ, ਵੀਜ਼ਾ ਲਵਾ ਕੇ ਦਾਂਗੇ। ਨਹੀਂ ਪਰ ਲਵਾ ਕੇ ਦਓਗੇ, ਗੱਲਾਂ ਕਰੋਗੇ ਕਿ ਮੈਂ ਕਈ ਵਾਰ ਨਾ, ਚਲੋ ਐਜ਼ ਅ ਇਮੀਗ੍ਰੇਸ਼ਨ ਜਰਨਲਿਸਟ ਬਹੁਤ ਸਾਰੇ ਲੋਕ ਮੇਰੇ ਨਾਲ ਵੀ ਜੁੜੇ ਹੋਏ ਆ, ਇੱਕੋ ਇੱਕ ਮਾਂ ਪਿਓ ਦਾ ਪੁੱਤਰ ਆ ਉਹ ਕੈਨੇਡਾ 'ਚ
ਸਪਾਊਸਲ ਓਪਨ ਵਰਕ ਪਰਮਿਟ ਅਪਲਾਈ ਕੀਤਾ ਸੀ, ਰਿਫਿਊਜ਼ ਹੋ ਗਿਆ। ਬੱਚੇ ਮਾਂ ਪਿਓ ਨੇ ਖੂਨ ਪਸੀਨੇ ਦੀ ਕਮਾਈ ਨਾਲ ਚਾਰ ਪੈਸੇ ਜੋੜੇਗੀ, ਬੱਚੇ ਨੂੰ ਕੈਨੇਡਾ ਭੇਜਾਂਗੇ ਚੰਗੇ ਭਵਿੱਖ ਲਈ। ਏਜੰਟ ਕੋ ਗਿਆ, ਲੱਖ 2 ਲੱਖ ਰੁਪਏ, 3 ਲੱਖ ਰੁਪਏ ਨੁਕਸਾਨ ਕਰਾ ਲਿਆ, 1 ਵਾਰ ਰਿਫਿਊਜ਼, 2 ਵਾਰ ਰਿਫਿਊਜ਼, 3 ਵਾਰ ਰਿਫਿਊਜ਼, ਉਮੀਦਾਂ ਟੁੱਟ ਚੁੱਕੀਆਂ ਨੇ। ਚਾਹੇ ਸਪਾਊਸਲ ਓਪਨ ਵਰਕ ਪਰਮਿਟ ਆ, ਵਿਜ਼ਟਰ ਆ, ਟੂਰਿਸਟ ਆ, ਜਾਂ ਕਹਿ ਲਓ ਕਿ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਆ, ਪੇਰੈਂਟਸ ਦੀ ਐਪਲੀਕੇਸ਼ਨ ਆ, ਕੀ ਸਾਰੇ ਕੇਸ ਇਹ ਮੁਸਤਫਾ ਹੁਸੈਨ ਲੜਨਗੇ? ਦੇਖੋ ਜੀ, ਛੋਟੀ ਸੱਟ ਤੇ ਬੈਂਡੇਜ ਬੰਦਾ ਆਪ ਲਾ ਸਕਦਾ, ਜਦੋਂ ਸੱਟ ਵੱਧਦੀ ਹੈ ਸਟਿਚਸ ਲਵਾਉਣ ਲਈ ਡਾਕਟਰ ਕੋਲ ਜਾਣਾ ਪੈਂਦਾ। ਏਦਾਂ ਹੀ ਜਦੋਂ ਕੇਸ ਖਰਾਬ ਹੁੰਦੇ ਆ, ਉਹ ਕੇਸਾਂ 'ਚ ਮੁਸਤਫਾ ਹੁਸੈਨੀ ਵੀਜ਼ਾ ਲੈ ਕੇ ਦਿੰਦੇ ਆ। ਜਿਹੜੇ ਐਪਲੀਕੈਂਟ ਕਿੰਨੀ ਵਾਰ ਵੀ ਕਿਸੇ ਵੀ ਏਜੰਟ ਕੋਲ ਰਿਫਿਊਜ਼ ਹੋਏ, ਚਾਹੇ ਕੋਈ ਸਾਡੇ ਕੋਲ ਵੀ ਰਿਫਿਊਜ਼ ਹੋਇਆ, ਤੁਸੀਂ ਇੱਥੇ ਆ ਸਕਦੇ ਹੋ। ਪੁਨੀਤ ਸਰ ਵੀ ਆ ਰਹੇ ਕੈਨੇਡਾ ਤੋਂ, ਮੁਸਤਫਾ ਹੁਸੈਨੀ ਸਰ, ਅਲੀ ਸਰ, ਸਾਰੀ ਟੀਮ ਆ ਰਹੀ ਹੈ ਜੀ। ਤੁਸੀਂ ਉਹਨਾਂ ਨੂੰ ਮਿਲ ਕੇ ਰਿਫਿਊਜ਼ ਐਪਲੀਕੇਸ਼ਨ 'ਤੇ ਆਪਣੀ ਵੀਜ਼ਾ ਪ੍ਰੋਸੈਸਿੰਗ ਕਰਾ ਕੇ ਵੀਜ਼ੇ ਹਾਸਲ ਕਰ ਸਕਦੇ ਹੋ, ਬਟ ਲੋਇਰ ਫੀਸ ਪਹਿਲਾਂ ਚਾਰਜ ਕਰਦਾ। ਓਮ ਗਲੋਬਲ ਤੋਂ ਐਪਲੀਕੇਸ਼ਨ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਪ੍ਰੋਸੈਸ ਕਰਦੇ ਹੋ, ਤੁਹਾਡੇ ਕੋਲ ਫੀਸ ਜਿਹੜੀ ਹੈ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਏਗੀ। ਵੀਜ਼ਾ ਲੱਗੇਗਾ ਤਾਂ ਪੈਸੇ ਦੇਣੇ ਆ। ਹੁਣ ਕੱਲ੍ਹ ਨੂੰ ਇਹ ਨਾ ਹੋਵੇ ਕਿ ਲੋਕ ਵਿਚਾਰੇ ਦੂਰੋਂ ਦੂਰੋਂ ਚੱਲ ਕੇ ਆਉਣ, ਕਾਗਜ਼ ਲੈ ਕੇ ਆਉਣ, ਕਹੋ ਜੀ ਲਓ ਜੀ ਪਹਿਲਾਂ 50,000 ਰੁਪਏ ਰੱਖੋ ਫਿਰ ਕੰਮ ਪੜਨਾ। ਹੁਣ ਇਹ ਵਕੀਲ ਦੀ ਗੱਲ ਕਰ ਲਈਏ, ਚਲੋ ਵਕੀਲ ਆਪਣੀ ਫੀਸ ਪਹਿਲਾਂ ਲੈ ਲੂਗਾ, ਕੀ ਵਕੀਲ ਪਹਿਲਾਂ ਫੀਸ ਲੈ ਕੇ ਵੀ ਵੀਜ਼ਾ ਦਵਾ ਦੂਗਾ? ਇਸ ਚੀਜ਼ ਦੀ ਗਰੰਟੀ ਲੈਣਾ ਉਹ? ਦੇਖੋ, ਵਕੀਲ ਫੀਸ ਪਹਿਲਾਂ ਚਾਰਜ ਕਰਦਾ। ਜਿਹੜੇ ਬੱਚੇ ਸੈਮੀਨਾਰ ਦੇ ਵਿੱਚ ਆ ਕੇ ਇਨਰੋਲ ਕਰਨਗੇ, ਉਹਨਾਂ ਕੋਲ ਕੋਈ ਫੀਸ ਨਹੀਂ ਚਾਰਜ ਕੀਤੀ ਜਾਏਗੀ, ਵੀਜ਼ਾ ਲੱਗਣ ਤੋਂ ਬਾਅਦ ਬੱਚਾ ਫੀਸ ਚਾਰਜ ਕਰੇਗਾ ਜੀ। ਚਲੋ ਆਪਣੇ ਮੂੰਹ ਦੱਸ ਦਿਓ ਕਿ ਕਿਹੜੇ ਕਿਹੜੇ ਲੋਕ ਆਉਣ, ਕਿਹੜੇ ਕਿਹੜੇ ਪ੍ਰੋਫਾਈਲ ਆਉਣ, ਕਿੰਨੀ ਕੁ ਵਾਰ ਰਿਫਿਊਜ਼ ਨਾਲ ਆ ਜਾਣ। ਹੁਣ ਕਈ ਤਾਂ ਇੱਥੋਂ ਰਿਫਿਊਜ਼ ਹੋ ਗਏ, 30 ਸਾਲ ਦੀ ਉਮਰ 'ਚ ਕਹਿੰਦੇ ਵਿਜ਼ਟਰ ਵੀਜ਼ਾ ਲਾਇਆ ਸੀ, ਰਿਫਿਊਜ਼ ਹੋ ਗਿਆ। ਏਜੰਟ ਕਹਿੰਦਾ 20 ਅੱਜ ਫਾਈਲ ਲਾ ਦਾਂਗੇ, ਫਾਈਲ ਲਵਾ ਦੇ ਜਦੋਂ 30 ਤੁੱਕਾ ਮਾਰ ਲਿਆ, ਰਿਫਿਊਜ਼ ਹੋ ਗਿਆ ਵੀਜ਼ਾ। ਕੀ 20 ਸਾਲ, 25 ਸਾਲ, 30 ਸਾਲ, 50 ਸਾਲ ਜਾਂ 40 ਸਾਲ ਵਾਲਿਆਂ ਦੇ ਵੀਜ਼ੇ ਲੱਗਦੇ ਵਿਜ਼ਟਰ? ਦੇਖੋ, ਵਿਜ਼ਟਰ ਵੀਜ਼ਾ ਦੇ ਵਿੱਚ ਕੋਈ ਫੈਕਟਰ ਇੱਦਾਂ ਦਾ ਨਹੀਂ ਕਿ ਤੁਹਾਡੀ ਏਜ ਹੈ ਤੁਹਾਡਾ ਇੰਨਾ ਵੀਜ਼ਾ ਲੱਗੂਗਾ। 20+ ਹੈਗੇ ਹੋ, 24, 25, 26, 28, 30 ਸਾਲ ਦੇ ਵਿਜ਼ਟਰ ਵੀਜ਼ਾ ਲੈ ਸਕਦੇ ਹੋ। ਸਟੂਡੈਂਟ ਵੀਜ਼ਾ ਐਪਲੀਕੈਂਟ ਆ ਸਕਦੇ, ਵਿਜ਼ਟਰ ਆ ਸਕਦੇ ਆ, ਵਰਕ ਪਰਮਿਟ ਰਿਫਿਊਜ਼ ਆ ਸਕਦੇ, PR ਰਿਫਿਊਜ਼ ਆ ਸਕਦੇ, ਔਰ ਇਸ ਤੋਂ ਇਲਾਵਾ ਜਿਹੜੇ ਪਾਰਟਨਰ ਰੀਜੁਆਇਨ ਕਰਨਾ ਚਾਹੁੰਦੇ ਸੀ, ਹਰ ਕੈਟੇਗਰੀ ਦਾ ਬੱਚਾ ਆ ਸਕਦਾ ਸਿਰਫ ਕੈਨੇਡਾ ਵਾਸਤੇ। ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋ, ਵਿਜ਼ਟਰ ਵੀਜ਼ਾ ਰਿਫਿਊਜ਼ ਹੋ, ਟੂਰਿਸਟ ਵੀਜ਼ਾ ਰਿਫਿਊਜ਼ ਹੋ, ਸਪਾਊਸਲ ਓਪਨ ਵਰਕ ਪਰਮਿਟ ਦਾ ਰਿਫਿਊਜ਼ ਹੋ, ਵਰਕ ਪਰਮਿਟ ਦੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੈ, LMIA ਦੀ ਭਾਲ 'ਚ ਹੋ, ਤੁਹਾਨੂੰ ਕੋਈ ਠੱਗ ਚੁੱਕਾ ਹੈ, ਪੈਸੇ ਖਰਾਬ ਕਰ ਚੁੱਕਾ, ਉਹਦੇ ਬਾਰੇ ਡਿਟੇਲ 'ਚ ਇਨਫੋਰਮੇਸ਼ਨ ਚਾਹੁੰਦੇ ਹੋ ਕਿ LMIA ਹੁੰਦੀ ਕੀ ਹੈ, ਵਰਕ ਪਰਮਿਟ ਕਿਵੇਂ ਮਿਲਦਾ ਹੈ, ਡਾਇਰੈਕਟ PR ਕਿਵੇਂ ਮਿਲਦੀ ਹੈ। ਅੱਜ 5:30-6 ਬੈਂਡ 'ਤੇ ਕਹਿੰਦੇ ਜੀ ਡਾਇਰੈਕਟ PR ਹੋ ਜਾਂਦੀ ਹੈ, ਉਹ PR ਕਿਵੇਂ ਹੁੰਦੀ ਹੈ? ਜੇ ਪਾਈ ਸੀ ਪੂਲ 'ਚ ਫਾਈਲ ਪਿੱਕ ਨਹੀਂ ਹੋਈ, ਚਾਹੇ PNP ਪਾਇਆ ਸੀ, ਚਾਹੇ ਐਕਸਪ੍ਰੈਸ ਐਂਟਰੀ ਪਾਇਆ ਸੀ, ਉਹ ਹੁਣ ਵਕੀਲ ਲੜਕੇ ਕਿਵੇਂ ਤੁਹਾਡਾ ਕੇਸ ਜਿੱਤ ਸਕਦਾ ਹੈ? ਤੁਸੀਂ ਖੁੱਲ੍ਹਾ ਸੱਦਾ ਹੈ, ਆਪਣੇ ਪੇਰੈਂਟਸ ਦੇ ਨਾਲ ਆਓ, ਵੱਡੇ ਭੈਣ ਭਰਾ ਦੇ ਨਾਲ ਆਓ, ਕਾਗਜ਼ ਲੈ ਕੇ ਆਓ, ਰਿਫਿਊਜ਼ਲ ਲੈਟਰਾਂ ਲੈ ਕੇ ਆਓ। ਕੈਨੇਡਾ ਤੋਂ ਚੱਲ ਕੇ ਆ ਰਹੇ ਕੈਨੇਡੀਅਨ ਲੋਇਰ ਮਿਸਟਰ ਮੁਸਤਫਾ ਹੁਸੈਨੀ ਅਤੇ ਉਹਨਾਂ ਦੀ ਟੀਮ ਨੂੰ ਮਿਲੋ, ਪੁਨੀਤ ਖੰਨਾ ਉਹਨਾਂ ਨੂੰ ਸੈਮੀਨਾਰ 'ਚ ਮਿਲੋ। ਕੈਨੇਡਾ ਨੂੰ ਲੈ ਕੇ ਕੋਈ ਵੀ ਸਵਾਲ ਆ, ਕਿਸੇ ਤਰ੍ਹਾਂ ਦੀ ਵੀ ਰਿਫਿਊਜ਼ਲ ਆ, ਕਿਸੇ ਤਰ੍ਹਾਂ ਦਾ ਵੀ ਪੇਚੀਦਾ ਕੇਸ ਆ, ਵਕੀਲ ਲੜਕੇ ਵੀਜ਼ਾ ਲੈ ਕੇ ਦੇਣ 'ਚ ਸਕਸ਼ਮ ਆ, ਆਓ ਮਿਲੋ, ਗੱਲਬਾਤ ਕਰੋ, ਚੰਗਾ ਲੱਗੇ ਤਾਂ ਜ਼ਰੂਰ ਅਪਲਾਈ ਕਰੋ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।